ਉਦੋਂ ਦਾ ਹਕੂਮਤ ਨੂੰ ਇਹ ਭੁਲੇਖਾ ਸੀ ਕਿ ਸੰਘਰਸ਼ ਕਰਨ ਵਾਲੇ, ਜੂਝ ਕੇ ਮਰਨ ਵਾਲੇ ਜੰਗ ਦੇ ਮੈਦਾਨ 'ਚ ਸ਼ਾਇਦ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਆ। ਕਿਤੇ ਨਾ ਕਿਤੇ ਸਾਡੇ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਕਹਿੰਦੇ ਯੂਪੀ ਬਿਹਾਰ ਦੇ ਮਜ਼ਦੂਰ ਰਾਜ ਕਰਨਗੇ, ਆਹ ਦੇਖਣਾ ਚਾਹੀਦਾ ਉਹਨਾਂ ਨੂੰ। ਜਿਹੜੀ ਮਨਸ਼ਾ ਇਹਨਾਂ ਦੀ ਅੰਦਰੂਨੀ ਸਾਹਮਣੇ ਆ ਗਈ ਹੈ ਦਿੱਲੀ ਵਾਲਿਆਂ ਦੀ, ਕੇਜਰੀਵਾਲ ਦੀ, ਔਰ ਭਗਵੰਤ ਮਾਨ ਯਾਰ ਹੱਥ ਠੋਕਾ ਬਣਿਆ ਹੋਇਆ, ਤੇਰੇ 'ਤੇ ਐਡਾ ਮਾਣ ਦਿੱਤਾ ਲੋਕਾਂ ਨੇ ਤੈਨੂੰ, ਤੈਨੂੰ ਪੰਜਾਬ ਨਾਲ ਖੜਨ ਦੀ ਬਜਾਏ ਤੂੰ ਆਪਦੇ ਪੰਜਾਬ ਦੇ ਆਪਦੇ ਭਰਾਵਾਂ ਦੇ ਮਗਰ ਹੀ ਪੈ ਗਿਆ। ਜੇ ਕਿਸੇ ਨੇ ਸਵਾਲ ਕਰ ਲਿਆ, ਸਵਾਲ ਕੀ ਹੈ ਕਿ ਚਿੱਟਾ ਕਿਉਂ ਨਹੀਂ ਬੰਦ ਹੋਇਆ, ਸਵਾਲ ਕੀ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ, ਜੇ ਸਵਾਲ ਕਰਦੇ ਹਾਂ ਤਾਂ ਸਵਾਲ ਬੰਦ ਕਰਨਾ, ਇਹ ਮੋਦੀ ਵਾਲੀ ਗੱਲ ਹੋ ਗਈ। ਅਤੇ ਜਿਵੇਂ ਮੋਦੀ ਕਹਿੰਦਾ ਸੀ ਕੋਈ ਵਿਰੋਧੀ ਧਿਰ ਨਹੀਂ, ਹੁਣ ਥੋੜ੍ਹੇ ਦਿਨ ਪਹਿਲਾਂ ਪਰਸੋਂ ਦੇਖਿਆ ਹੋਣਾ ਤੁਸੀਂ ਸਟੇਟਮੈਂਟ ਸੁਣੀ ਹੋਣੀ 26 ਤਰੀਕ ਨੂੰ ਭਗਵੰਤ ਮਾਨ ਦੀ, ਕਹਿੰਦੇ ਵਿਰੋਧੀ ਧਿਰ ਹੈ ਹੀ ਨਹੀਂ ਪੰਜਾਬ 'ਚ, ਮਤਲਬ ਤੂੰ ਵਿਰੋਧੀ ਧਿਰ ਖਤਮ ਕਰਤੀ। ਪੰਜਾਬ ਦੇ ਪੁੱਤਾਂ ਨੂੰ ਫਟਫਟ ਅੰਦਰ ਦਿੱਤਾ ਜਾ ਰਿਹਾ, ਡਿਬਰੂਗੜ੍ਹ ਭੇਜ ਤੇ ਕੌਣ ਬੋਲਿਆ, ਸਗੋਂ ਇਹ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਇਹ ਗੱਲ ਕਹੀ ਆ, ਚਿੱਠੀਆਂ ਲਿਖੀਆਂ DGP ਨੂੰ, ਇਹਨਾਂ ਨੂੰ ਅੰਦਰ ਕਰੋ। ਅਤੇ ਜਿਹਨੇ ਇੰਟਰਵਿਊ ਦਿੱਤੀ ਆ ਲਾਰੈਂਸ ਬਿਸ਼ਨੋਈ ਨੇ ਜੇਲ੍ਹ 'ਚ, ਉਹਦੇ ਬਾਰੇ ਕੋਈ ਬੋਲਿਆ ਹੀ ਨਹੀਂ। ਇਹਨਾਂ ਦੇ 117 MLA ਚੋਣ ਲੜਦੇ ਆ ਨਾ, 117 'ਚੋਂ ਇੱਕ ਮਾਰਤਾ ਸਿੱਧੂ ਮੂਸੇਵਾਲਾ, ਚਲੋ ਮੰਨੋ ਫੇਮ ਨਹੀਂ ਸੀ ਉਹਦਾ, ਕਮਾਲ ਲੈਂਦੇ ਆਪਾਂ, ਸੈਲੀਬ੍ਰਿਟੀ ਨਹੀਂ ਸੀ ਉਹ, ਇੱਕ ਆਮ ਇਨਸਾਨ ਸੀ ਤੁਹਾਡੇ ਨਾਲ ਚੋਣ ਲੜਿਆ, ਮਾਰਤਾ ਕੀ ਕੀਤਾ ਉਹਦੇ ਲਈ? ਭਗਵੰਤ ਮਾਨ ਨਾ, ਇਹ ਤੈਨੂੰ ਬਹੁਤ ਮਹਿੰਗਾ ਪੈਣਾ ਸੌਦਾ, ਜਿਹੜਾ ਪੰਜਾਬ ਦੀ ਜਵਾਨੀ ਨਾਲ ਤੂੰ ਇਹ ਕਰ ਰਿਹਾ ਨਾ, ਇਹ ਬਹੁਤ ਮਹਿੰਗਾ ਪਊ। ਇਸ ਤੋਂ ਪਹਿਲਾਂ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੇ ਭੁਗਤਿਆ, ਬੀਤੇ ਤੋਂ ਸਭ ਸਿੱਖਣਾ ਚਾਹੀਦਾ। 2024 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਾਲਾ ਹੈ, 24 ਘੰਟੇ ਤਾਂ ਲੰਘੇ, ਤੁਸੀਂ ਉਹ ਕਰਨ ਵਾਲੇ ਕੰਮ ਕਿਉਂ ਨਹੀਂ ਕਰਦੇ? ਤੁਸੀਂ ਨੌਕਰੀਆਂ ਦੇਣ ਦੀ ਗੱਲ ਕੀਤੀ, ਤੁਸੀਂ ਨੌਕਰੀਆਂ ਕਿਉਂ ਦਿੰਦੇ? ਤੁਸੀਂ ਚਿੱਟਾ ਬੰਦ ਕਰਨ ਦੀ ਗੱਲ ਕੀਤੀ, ਆ ਮੁੰਡਾ ਇੱਥੇ ਇੱਕ ਬਹੁਤ ਸੋਹਣਾ ਕੰਮ ਕਰਦਾ, ਪਰਵਿੰਦਰ ਝੋਟਾ, ਉਹਦੇ ਦੇਖੋ ਉਹ ਭਿੜਦਾ ਫਿਰਦਾ ਲੋਕਾਂ ਦਾ, ਖੱਜਲ ਖਵਾਰ ਹੋਇਆ ਫਿਰਦਾ, ਕਿਤੇ ਆਪਦੀ ਪੱਗ ਲਵਾਉਂਦਾ, ਕਿਤੇ ਗਾਂਹ ਦੇ ਛਿੱਤਰ ਮਾਰਦਾ, ਉਹ ਦਿੰਦਾ ਨਹੀਂ ਤੁਹਾਨੂੰ? ਕਦੇ ਸੋਚਿਆ ਹੀ ਨਹੀਂ, ਚਿਤਵੇ ਨਹੀਂ ਸੀਗਾ ਯਾਰ ਕਿ ਇਹ ਬੰਦਾ ਜਿਹੜਾ 25-30-40 ਸਾਲ ਤੋਂ ਕਟਾਕਸ਼ ਕਰਦਾ ਆਉਂਦਾ, ਜਿਹੜਾ ਇਸ ਟਿਪੀਕਲ ਪੋਲੀਟਿਕਸ ਨੂੰ ਨਿੰਦਦਾ ਆਉਂਦਾ, ਟਿਪੀਕਲ ਪੋਲੀਟਿਕਸ ਨੂੰ ਨੰਗਾ ਕਰਦਾ ਆ ਰਿਹਾ, ਖੁਦ ਉਹ ਟਿਪੀਕਲ ਪੋਲੀਟਿਕਸ ਦਾ ਸ਼ਿਕਾਰ ਹੋ ਜੂਗਾ, ਉਹਦੇ ਵਿੱਚ ਹੀ ਵੜ ਜੂਗਾ। ਅਤੇ ਹੁਣ ਤੁਸੀਂ ਕੱਲ੍ਹ ਵੀ ਦੇਖਿਆ ਪਰਸੋਂ, ਸ਼ਰਾਬ ਪੀ ਕੇ ਯਾਰ ਤੂੰ ਸਟੇਜ ਦੇ ਉੱਤੇ ਛੱਲੇ ਗਾਈ ਜਾਂਦਾ, ਤੇਰੇ ਮੁੱਖ ਮੰਤਰੀ ਦਾ ਕੰਮ ਗੀਤ ਗਾਉਣਾ ਥੋੜ੍ਹੀ ਆ। ਭਰਾਵਾ ਆਪਦੀ ਮਾਂ ਦੀ ਸਹੁੰ ਖਾਧੀ ਸੀ, ਮਾਂ ਦਾ ਸਤਿਕਾਰ ਕਰ ਲਾ, ਲੋਕਾਂ ਦੇ ਬਰੀਆਂ ਫਲਾਉਣ ਦੀ ਲੋੜ ਹੀ ਨਹੀਂ ਯਾਰ। ਆਪਣੇ ਬੱਚਿਆਂ ਦੀ ਮਾਂ ਨਹੀਂ ਸਾਂਭੀ ਆ, ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ ਹੋ, ਕਿਹਦੇ ਪੈਰੀਆਂ ਤਲਾਈ ਜਾਂਦੇ ਹੋ? ਕੱਲ੍ਹ ਤਾਂ ਤੁਸੀਂ ਉਹਨੂੰ ਨਿੰਦਦੇ ਸੀ, ਅੱਜ ਪੈਰੀਂ ਡਿੱਗਣ ਲੱਗੇ ਮਿੰਟ ਲਾਇਆ। ਇਹਨੂੰ ਨਿੰਗਾ ਸਿੰਘਾਂ ਨੇ ਫੜਿਆ ਵੀ ਤੇਰੀ ਦਾਰੂ ਪੀਤੀ ਆ, ਇਹ ਕਹਿੰਦਾ ਸੀ ਮੈਂ ਪੀਤੀ ਨੇ, ਅੱਜ ਤੱਕ ਇਹਦੇ ਸਮਰਥਕ ਕਹਿੰਦੇ ਪੀਤੀ ਨਹੀਂ। ਚੱਲ ਹੁਣ ਮੌਕਾ ਤੇਰੇ ਕੋਲ, ਜੇ ਤੂੰ ਸੱਚੀ ਦਾਰੂ ਨਹੀਂ ਸੀ ਪੀਤੀ, ਤੂੰ ਸੱਚਾ ਸਿੱਖਾਂ ਗੁਰੂ ਦਾ, ਤੇਰੇ ਕੋਲ ਪਾਵਰ ਆ ਯਾਰ, ਦੇ ਦੇ ਇਨਸਾਫ਼। ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ, ਬੰਦੀ ਸਿੰਘਾਂ ਦੀ ਰਿਹਾਈ ਤੇ ਫੈਲ ਤੇ ਕਰਦੇ ਸਿਆਣ ਯਾਰ, ਇੱਕ ਕਦਮ ਤਾਂ ਪੱਟ, 2 ਸਾਲ ਹੋਣ ਵਾਲੇ ਆ, ਤੂੰ ਇੱਕ ਕੰਮ ਦਾ ਗਣਾ ਯਾਰ। ਝੋਟਾ ਰੋਜ਼ ਰੌਲਾ ਪਾਉਂਦਾ ਹੈ, ਜਾ ਜਾ ਵੀਡੀਓ ਬਣਾਉਂਦਾ ਹੈ ਬਾਰਾਂ ਦੇ ਵਿੱਚ ਜਾ ਕੇ, ਜਿਹੜੇ ਚਿੱਟੇ ਵੇਚਦੇ ਆ ਉਹਨਾਂ ਨੂੰ ਛਿੱਤਰੋ ਛਿੱਤਰੀ ਹੁੰਦਾ, ਆਪਦੀ ਪੱਗ ਵੀ ਲਵਾਈ ਵਿਚਾਰੇ ਨੇ, ਅਤੇ ਉਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਹੁੰਦੇ? ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਹੈ, ਪਹਿਲੀ ਵਿਧਾਨ ਸਭਾ 'ਚ, ਕਿ ਰਾਜੇ ਵੜਿੰਗ ਨੇ ਬਾਟੀਆਂ 'ਚੋਂ 8 ਲੱਖ ਰੁਪਇਆ ਖਾਧਾ ਬਸਤੀਆਂ 'ਚ। ਤੂੰ ਆਪਦੇ ਮੂੰਹੋਂ ਇਹ ਗੱਲ ਕਹੀ ਆ ਕਿ ਰਾਜਾ ਵੜਿੰਗ ਚੋਰ ਆ, ਅਤੇ ਹੁਣ ਰਾਜੇ ਵੜਿੰਗ ਨੂੰ ਛੱਡਿਆ ਕਿਉਂ ਹੋਇਆ 2 ਸਾਲ ਦਾ? ਇਹਦਾ ਮਤਲਬ ਤੂੰ ਬਚਾ ਰਿਹਾ, ਬਚਾਉਣ ਵਾਲਾ ਕੌਣ ਹੁੰਦਾ? ਤੇਲ ਦਾ ਖਰਚਾ, ਜਹਾਜ਼ ਦਾ ਖਰਚਾ, ਜਿਹੜਾ ਪੰਜਾਬ ਲਈ ਐਨਰਜੀ ਸੀ, ਪੰਜਾਬ ਲਈ ਸੋਚਣਾ ਸੀ, ਪੰਜਾਬ ਲਈ ਕੰਮ ਕਰਨਾ ਸੀ, ਉਹ ਤੂੰ ਦੂਜੇ ਸੂਬਿਆਂ ਲਈ ਕਰਿਆ। ਥੋੜ੍ਹੀ ਬਹੁਤ ਤਾਂ ਮਾੜੀ ਮੋਟੀ ਤਾਂ ਅਗਲ ਨੂੰ ਹੱਥ ਮਾਰ ਲਾ ਕਿ ਸਾਰੀ ਜ਼ਿੰਦਗੀ ਸ਼ਰਾਬ ਪੀ ਕੇ ਕੱਢਣੀ ਆ। ਇਸ ਸਮੇਂ ਕੋਰਟ ਦੋਨੇ ਖੜੇ ਆ ਜਿੱਥੇ
ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ, ਬਹੁਤ ਸਾਰੇ ਲੋਕ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਪਹੁੰਚੇ। ਸੋ ਸਾਡੇ ਨਾਲ ਕਮਲਜੀਤ ਸਿੰਘ ਬਰਾੜ ਹੈ, ਕਿਵੇਂ ਦੇਖਦੇ ਹੋ ਬਾਈ ਵੱਡਾ ਇਕੱਠ ਅੱਜ ਹੋਇਆ ਹੈ ਅਤੇ ਇੱਕ ਐਲਾਨ ਕੀਤਾ ਗਿਆ ਕਿ ਇੱਥੇ ਤਾਂ ਅੱਜ ਇਕੱਠ ਕੀਤਾ 5 ਤਰੀਕ ਨੂੰ, ਹੁਣ ਜਿੱਥੇ ਮੁੱਖ ਮੰਤਰੀ ਦਾ ਘਰ ਘੇਰਾਂਗੇ ਨਾਲ ਹੀ ਫਿਰ MLA ਵੀ ਘੇਰੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਜਵਾਨੀ ਨੇ ਦਰਸਾਇਆ ਹੈ ਕਿ ਵਿਰੋਧ ਦੇ ਵਿੱਚ ਅਸੀਂ ਕਿਵੇਂ ਖੜ੍ਹਦੇ ਹਾਂ ਡਟ ਕੇ। ਹੋ ਸਕਦਾ ਹਕੂਮਤ ਨੂੰ ਇਹ ਭੁਲੇਖਾ ਸੀ ਕਿ ਸੰਘਰਸ਼ ਕਰਨ ਵਾਲੇ, ਜੂਝ ਕੇ ਮਰਨ ਵਾਲੇ ਜੰਗ ਦੇ ਮੈਦਾਨ 'ਚ ਸ਼ਾਇਦ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਆ। ਕਿਤੇ ਨਾ ਕਿਤੇ ਸਾਡੇ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੈਗੇ ਜਿਹੜੇ ਕਹਿੰਦੇ ਯੂਪੀ ਬਿਹਾਰ ਦੇ ਮਜ਼ਦੂਰ ਰਾਜ ਕਰਨਗੇ। ਆਹ ਦੇਖਣਾ ਚਾਹੀਦਾ ਉਹਨਾਂ ਨੂੰ ਕਿ ਠਾਠਾ ਮਾਰਦਾ ਦਰਿਆ ਪੰਜਾਬ ਦੀ ਜਵਾਨੀ ਦਾ। ਅਸਲ 'ਚ ਜਵਾਨੀ ਨੂੰ ਜਵਾਨੀ ਦੇ ਸਹੀ ਅਰਥ ਪਤਾ ਲੱਗ ਜਾਣ, ਉਹ ਦਰਿਆਵਾਂ 'ਤੇ ਵਹਿਣ ਮੋੜਨ ਦੇ ਸਮਰੱਥ ਹੈ। ਅਤੇ ਸਰਕਾਰ ਕੋਲ ਤਾਂ ਵੱਡੇ ਵੱਡੇ ਹਥਿਆਰ ਆ, ਸਰਕਾਰ ਹਥਿਆਰਾਂ ਤੋਂ ਥੋੜ੍ਹੀ ਡਰਦੀ ਆ, ਸਾਡੇ ਵਾਲੇ ਹਥਿਆਰਾਂ ਤੋਂ ਤਾਂ ਨਹੀਂ ਡਰਦੀ। ਸਰਕਾਰ ਡਰਦੀ ਆ ਵਿਚਾਰ ਤੋਂ, ਉਹ ਵਿਚਾਰ ਜਿਹੜਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਦਿੱਤਾ ਸਨ। ਬੇਸ਼ੱਕ ਉਮਰ 7 ਤੇ 9 ਸਾਲ ਸੀ, ਪਰ ਵਿਚਾਰ ਬਾਹਲਾ ਉੱਚਾ ਅਤੇ ਬਾਹਲਾ ਵੱਡਾ ਸੀ। ਉਹ ਵਿਚਾਰ ਜਿਉਂਦਾ ਰਹਿਣਾ ਜ਼ਰੂਰੀ ਆ। ਸਰਕਾਰ ਵਿਚਾਰ ਤੋਂ ਡਰਦੀ ਆ, ਔਰ ਮਨਸ਼ਾ ਜਿਹੜੀ ਮਨਸ਼ਾ ਇਹਨਾਂ ਦੀ ਅੰਦਰੂਨੀ ਸਾਹਮਣੇ ਆ ਗਈ ਆ, ਦਿੱਲੀ ਵਾਲਿਆਂ ਦੀ, ਕੇਜਰੀਵਾਲ ਦੀ, ਔਰ ਭਗਵੰਤ ਮਾਨ ਯਾਰ ਹੱਥ ਠੋਕਾ ਬਣਿਆ ਹੋਇਆ, ਤੇਰੇ 'ਤੇ ਐਡਾ ਮਾਣ ਦਿੱਤਾ ਲੋਕਾਂ ਨੇ ਤੈਨੂੰ, ਤੈਨੂੰ ਪੰਜਾਬ ਨਾਲ ਖੜ੍ਹਨ ਦੀ ਬਜਾਏ ਤੂੰ ਆਪਦੇ ਪੰਜਾਬ ਦੇ ਆਪਦੇ ਭਰਾਵਾਂ ਦੇ ਮਗਰ ਹੀ ਪੈ ਗਿਆ। ਆਪਦੇ ਭਰਾਵਾਂ ਨੂੰ ਜਲੀਲ ਕਰਨਾ ਸ਼ੁਰੂ ਕਰਤਾ। ਤੇਰੇ ਭਰਾ ਨੇ ਸਾਰੇ ਯਾਰ, ਤੈਨੂੰ ਬਾਈ ਬਾਈ ਕਹਿੰਦੇ ਸੀ, ਤੈਨੂੰ ਮਿਲ ਕੇ ਵੀ ਆਏ ਸੀ ਸਾਰੇ। ਜੇ ਕਿਸੇ ਨੇ ਸਵਾਲ ਕਰ ਲਿਆ, ਸਵਾਲ ਕੀ ਹੈ ਕਿ ਚਿੱਟਾ ਕਿਉਂ ਨਹੀਂ ਬੰਦ ਹੋਇਆ, ਸਵਾਲ ਕੀ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਿਆ? ਜੇ ਸਵਾਲ ਕਰਦੇ ਹਾਂ ਤਾਂ ਸਵਾਲ ਬੰਦ ਕਰਨਾ, ਇਹ ਮੋਦੀ ਵਾਲੀ ਗੱਲ ਹੋ ਗਈ। ਜਿਵੇਂ ਮੋਦੀ ਕਹਿੰਦਾ ਸੀਗਾ ਕੋਈ ਸਵਾਲ ਨਹੀਂ, ਕੋਈ ਇੰਟਰਵਿਊ ਨਹੀਂ, ਕੋਈ ਮੀਡੀਆ ਨਹੀਂ, ਅਤੇ ਜਿਵੇਂ ਮੋਦੀ ਕਹਿੰਦਾ ਸੀ ਕੋਈ ਵਿਰੋਧੀ ਧਿਰ ਨਹੀਂ। ਹੁਣ ਥੋੜ੍ਹੇ ਦਿਨ ਪਹਿਲਾਂ ਪਰਸੋਂ ਦੇਖਿਆ ਹੋਣਾ ਤੁਸੀਂ ਸਟੇਟਮੈਂਟ ਸੁਣੀ ਹੋਣੀ 26 ਤਰੀਕ ਨੂੰ ਭਗਵੰਤ ਮਾਨ ਦੀ, ਕਹਿੰਦੇ ਵਿਰੋਧੀ ਧਿਰ ਹੈ ਹੀ ਨਹੀਂ ਪੰਜਾਬ 'ਚ। ਮਤਲਬ ਤੂੰ ਵਿਰੋਧੀ ਧਿਰ ਖਤਮ ਕਰਤੀ, ਤੂੰ ਚਾਹੁੰਦਾ ਵਿਰੋਧੀ ਧਿਰ ਨੂੰ ਖਤਮ ਕਰ ਦੇਵੇ। ਜਿੰਨਾ ਚਿਰ ਵਿਰੋਧੀ ਧਿਰ ਨਹੀਂ ਹੋਣਾ ਚਿਰ ਵਿਕਾਸ ਨਹੀਂ ਹੋਣਾ ਪੰਜਾਬ ਦਾ, ਪੰਜਾਬ ਨੇ ਅੱਗੇ ਨਹੀਂ ਵਧਣਾ ਵਿਰੋਧੀ ਧਿਰ ਤੋਂ ਬਿਨਾਂ। ਹਾਂ, ਵੱਡੀਆਂ ਧਿਰਾਂ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਆ, ਚਾਹੇ ਉਹਦੇ 'ਚ ਕਾਂਗਰਸ ਦਾ ਪ੍ਰਧਾਨ ਹੋਵੇ, ਚਾਹੇ ਅਕਾਲੀ ਦਲ ਦਾ ਪ੍ਰਧਾਨ ਹੋਵੇ, ਚਾਹੇ ਹੋਰ ਜਮਾਤ ਦਾ BJP ਵਾਲੇ ਹੋਣ, ਇਹਨਾਂ ਦੀ ਚੁੱਪ ਬਹੁਤ ਘਾਤਕ ਆ ਇਸ ਮੁੱਦੇ 'ਤੇ। ਪੰਜਾਬ ਦੇ ਪੁੱਤਾਂ ਨੂੰ ਫਟਫਟ ਅੰਦਰ ਦਿੱਤਾ ਜਾ ਰਿਹਾ। ਡਿਬਰੂਗੜ੍ਹ ਭੇਜ 'ਤੇ ਕੌਣ ਬੋਲਿਆ? ਸਗੋਂ ਇਹ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਇਹ ਗੱਲ ਕਹੀ ਆ, ਚਿੱਠੀਆਂ ਲਿਖੀਆਂ DGP ਨੂੰ, ਇਹਨਾਂ ਨੂੰ ਅੰਦਰ ਕਰੋ। ਅਤੇ ਜਿਹਨੇ ਇੰਟਰਵਿਊ ਦਿੱਤੀ ਆ ਲਾਰੈਂਸ ਬਿਸ਼ਨੋਈ ਨੇ ਜੇਲ੍ਹ 'ਚ, ਉਹਦੇ ਬਾਰੇ ਕੋਈ ਬੋਲਿਆ ਹੀ ਨਹੀਂ। ਜਿਹਨੇ ਇਹਨਾਂ ਦੇ 117 MLA ਚੋਣ ਲੜਦੇ ਆ ਨਾ, 117 'ਚੋਂ ਇੱਕ ਮਾਰਤਾ ਸਿੱਧੂ ਮੂਸੇਵਾਲਾ। ਚਲੋ ਮੰਨੋ ਉਹ ਫੇਮ ਨਹੀਂ ਸੀ, ਉਹਦਾ ਕੋਈ ਮੰਨ ਲੈਂਦੇ ਆਪਾਂ, ਸੈਲੀਬ੍ਰਿਟੀ ਨਹੀਂ ਸੀ ਉਹ, ਇੱਕ ਆਮ ਇਨਸਾਨ ਸੀ ਤੁਹਾਡੇ ਨਾਲ ਚੋਣ ਲੜਿਆ, ਮਾਰਤਾ ਕੀ ਕੀਤਾ ਉਹਦੇ ਲਈ? ਜਦੋਂ ਪਤਾ ਹੈ ਭਗਵੰਤ ਮਾਨ ਨੂੰ ਕਿ ਸਾਹਮਣੇ ਕੋਈ ਲੜਨ ਭਿੜਨ ਵਾਲਾ ਹੈ ਨਹੀਂ, ਜਿਹਨੂੰ ਮਰਜ਼ੀ ਹੱਥ ਪਾ ਲਓ, ਤਾਂ ਉਹਨਾਂ ਚਿਰ ਤਾਂ ਇਹੀ ਹੋਊਗਾ ਨਾ। ਇਹ ਸਿਆਸੀ ਲੋਕ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ, ਸਿਆਸੀ ਲੋਕ ਸਮਝੌਤਿਆਂ ਨਾਲ ਆਪਦੀ ਚੋਣ ਲੜ ਰਹੇ ਆ, ਸਮਝੌਤੇ ਕਰਕੇ ਆਪਦਾ ਮਾਸ ਬਚਾ ਰਹੇ ਆ। ਜਿੰਨਾ ਚਿਰ ਸਿਆਸਤਦਾਨਾਂ ਦੇ ਸਮਝੌਤੇ ਜਗਜਾਹਰ ਨਹੀਂ ਹੁੰਦੇ, ਨਸ਼ਰ ਨਹੀਂ ਹੁੰਦੇ, ਉਹਨਾਂ ਚਿਰ ਪੰਜਾਬ ਦੇ ਪੁੱਤਾਂ ਨਾਲ ਇਹੀ ਕੁਛ ਹੋਊਗਾ। ਔਰ ਉਮੀਦ ਇਹਦੇ ਤੋਂ ਨਹੀਂ ਸੀ, ਕਿਉਂਕਿ ਇਹਨੇ ਜਿਹੜੀਆਂ ਗੱਲਾਂ ਪੰਜਾਬ ਨੂੰ ਬਚਾਉਣ ਲਈ ਕੀਤੀਆਂ ਸੀ, ਇਹ 'ਤੇ ਭਰੋਸਾ ਕੀਤਾ ਲੋਕਾਂ ਨੇ। ਲੋਕਾਂ ਨੇ ਉਹਨਾਂ ਚਿਰ ਆਪਦਾ ਮਨ ਨਹੀਂ ਸੀ ਬਣਾਇਆ ਜਿੰਨਾ ਚਿਰ ਭਗਵੰਤ ਮਾਨ ਅਨਾਊਂਸ ਨਹੀਂ ਸੀ ਹੋਇਆ। ਪਰ ਭਗਵੰਤ ਮਾਨ, ਇਹ ਤੈਨੂੰ ਬਹੁਤ ਮਹਿੰਗਾ ਪੈਣਾ ਸੌਦਾ, ਜਿਹੜਾ ਪੰਜਾਬ ਦੀ ਜਵਾਨੀ ਨਾਲ ਤੂੰ ਇਹ ਕਰ ਰਿਹਾ ਨਾ, ਇਹ ਬਹੁਤ ਮਹਿੰਗਾ ਪਊ। ਇਸ ਤੋਂ ਪਹਿਲਾਂ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੇ ਭੁਗਤਿਆ ਹੈ, ਬੀਤੇ ਤੋਂ ਸਬਕ ਸਿੱਖਣਾ ਚਾਹੀਦਾ ਹੈ। ਅਬਦਾਲੀ, ਮੱਸਾ, ਰੰਗੜ, ਉਹਨਾਂ ਤੋਂ ਬਾਅਦ ਇੰਦਰਾ ਗਾਂਧੀ, ਬੇਅੰਤ ਸਿੰਘ, ਕਿੰਨੇ ਲੋਕ ਆਏ ਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨਾਲ ਖੇਡਾਂ ਖੇਡੀਆਂ, ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਚਾਹਿਆ, ਦੱਬਣਾ ਵੀ ਚਾਹਿਆ, ਉਹ ਕਿੱਥੇ ਨੇ ਅੱਜ? ਪੰਜਾਬ ਦੀ ਜਵਾਨੀ ਦਾ ਛੂਕਦਾ ਦਰਿਆ ਉਵੇਂ ਹੀ ਹੈ ਨਾ। ਸੋ ਇਹ ਇੱਕ ਚੀਜ਼ ਚੰਗਾ ਸੁਨੇਹਾ ਨਿਕਲ ਕੇ ਇਹਦੇ 'ਚੋਂ ਆਇਆ, ਜੇ ਕਿਹਨਾਂ ਧੱਕਾ ਹੁੰਦਾ ਤਾਂ ਆਪ ਮੁਹਾਰੇ ਪੰਜਾਬ ਦੀ ਜਵਾਨੀ ਫੈਸਲੇ ਲੈਣ ਦੇ ਸਮਰੱਥ ਹੈ। ਹੁਣ 5 ਤਰੀਕ ਦੀ ਗੱਲ ਆ, ਅੱਜ ਇੰਨਾ ਜ਼ਿਆਦਾ ਇਕੱਠ ਸੀ, ਮੈਂ ਹੈਰਾਨ ਸੀ ਇਸ ਗੱਲ 'ਤੇ ਵੀ ਮਤਲਬ ਇਸ ਗੱਲ ਦੀ ਮਨ ਨੂੰ ਖੁਸ਼ੀ ਵੀ ਸੀ ਕਿ ਪੰਜਾਬ ਦੀ ਜਵਾਨੀ ਧੱਕਿਆਂ ਦੇ ਖਿਲਾਫ ਲੜਨਾ ਸਿੱਖ ਗਈ ਆ, ਧੱਕਿਆਂ ਦੇ ਖਿਲਾਫ ਲੜਨਾ ਜਾਣਦੀ ਆ, ਔਰ ਭੁੱਲੇ ਨਹੀਂ ਇਤਿਹਾਸ ਸਾਡਾ।
ਤੋਂ ਵਿਚਾਰ ਜਿਉਂਦਾ ਰੱਖਣਾ ਜ਼ਰੂਰੀ ਆ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ। ਜਿੰਨਾ ਚਿਰ ਵਿਚਾਰ ਜਿਉਂਦਾ ਰਹੂ ਉਹਨਾਂ 'ਚ ਸਰਕਾਰ ਐਂ ਥਰ ਥਰ ਕੰਬੂ। ਹਥਿਆਰਾਂ ਤੋਂ ਨਹੀਂ ਸਰਕਾਰ ਡਰਦੀ, ਵਿਚਾਰਾਂ ਤੋਂ ਸਰਕਾਰ ਡਰਦੀ ਹੈ। ਉਹ ਕਹਿਣਗੇ ਬਈ ਮੇਰੇ ਕੋਲ ਮੇਰੀਆਂ ਵੀਡੀਓ, ਤੁਸੀਂ ਉਹ ਤਾਂ ਦੇਖੋ ਜਿੱਥੇ ਮੈਂ ਇਹ ਕਿਹਾ ਹੈ ਕਿ ਅਸੀਂ ਨਜਾਇਜ਼ ਪਰਚਾ ਕਿਸੇ 'ਤੇ ਨਹੀਂ ਕਰਨਾ, ਝੂਠਾ ਪਰਚਾ ਕਿਸੇ 'ਤੇ ਨਹੀਂ ਕਰਨਾ, ਸਹੀ ਪਰਚੇ ਅਸੀਂ ਉਹ ਤਾਂ ਨਿਪਟਾ ਲਈਏ, ਕਿਸੇ ਨੂੰ ਇਨਸਾਫ ਤਾਂ ਮਿਲ ਜਾਵੇ। ਸਾਡੇ ਕੋਲ ਸਮਾਂ ਤਾਂ ਇੰਨਾ ਨਹੀਂ ਕਿ ਅਸੀਂ ਸਹੀ ਪਰਚੇ ਜਿਹੜੇ ਹੋਏ ਆ ਉਹਨਾਂ ਦਾ ਇਨਸਾਫ ਕਰ ਸਕੀਏ, ਅਸੀਂ ਝੂਠੇ ਪਰਚੇ ਕਿਉਂ ਕਰਨੇ? ਨਹੀਂ, ਤੁਸੀਂ 24 ਘੰਟੇ 'ਚ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਸੀ। ਤੁਹਾਡਾ MLA ਚੀਕਾਂ ਮਾਰ ਰਿਹਾ ਇੱਕ ਰੋਜ਼, ਇੱਕ IPS ਅਫਸਰ ਰਿਟਾਇਰ ਹੋ ਕੇ ਤੁਹਾਡੀ ਪਾਰਟੀ 'ਚ ਆ ਕੇ ਸ਼ਾਮਿਲ ਹੋਇਆ ਹੈ, ਉਹਨੂੰ MLA ਵੀ ਬਣ ਗਿਆ ਹੈ, ਉਹਨੇ ਰਿਪੋਰਟ ਤੁਹਾਡੇ ਸਾਹਮਣੇ ਰੱਖੀ ਆ। ਕੱਲ੍ਹ ਹੀ ਉਹਨੇ ਇੱਕ ਕੈਪਸ਼ਨ ਪਾਈ ਹੈ, ਮੈਂ ਉਹਦੀ ਕੈਪਸ਼ਨ ਪੜ੍ਹੀ ਆ ਕਿ ਮੈਂ 19 ਤਰੀਕ ਨੂੰ 21/12/2023 ਨੂੰ ਭਗਵੰਤਵਾ ਨੂੰ ਮਿਲ ਕੇ ਸਾਰੀ ਰਿਪੋਰਟ ਵੀ ਦੇ ਕੇ ਆ, ਦੱਸ ਕੇ ਵੀ ਆਇਆ। ਤੁਸੀਂ 24 ਘੰਟੇ ਕਹਿੰਦੇ ਸੀ, 2024 ਵੀ ਲੰਘ ਚੱਲਿਆ, 2024 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਾਲਾ ਹੈ, 24 ਘੰਟੇ ਤਾਂ ਲੰਘੇ, ਤੁਸੀਂ ਉਹ ਕਰਨ ਵਾਲੇ ਕੰਮ ਕਿਉਂ ਨਹੀਂ ਕਰਦੇ? ਤੁਸੀਂ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ, ਨੌਕਰੀਆਂ ਕਿਉਂ ਨਹੀਂ ਦਿੰਦੇ? ਤੁਸੀਂ ਚਿੱਟਾ ਬੰਦ ਕਰਨ ਦੀ ਗੱਲ ਕੀਤੀ। ਆ ਮੁੰਡਾ ਇੱਥੇ ਇੱਕ ਬਹੁਤ ਸੋਹਣਾ ਕੰਮ ਕਰਦਾ, ਪਰਵਿੰਦਰ ਝੋਟਾ, ਉਹਦੇ ਦੇਖੋ ਉਹ ਭਿੜਦਾ ਫਿਰਦਾ ਲੋਕਾਂ ਦਾ, ਖੱਜਲ ਖਵਾਰ ਹੋਇਆ ਫਿਰਦਾ, ਕਿਤੇ ਆਪਦੀ ਪੱਗ ਲਵਾਉਂਦਾ, ਕਿਤੇ ਗਾਂਹ ਦੇ ਛਿੱਤਰ ਮਾਰਦਾ, ਉਹ ਦਿੰਦਾ ਨਹੀਂ ਤੁਹਾਨੂੰ। ਤੁਸੀਂ ਨੌਕਰੀਆਂ ਦਾ ਸਵਾਲ ਕਰ ਰਹੇ ਹੋ, ਤੁਸੀਂ ਦੇਖੇ ਨਹੀਂ ਬੋਰਡ ਲੱਗੇ ਹੋਏ? ਥਾਂ ਥਾਂ 'ਤੇ ਤਾਂ ਨੌਕਰੀਆਂ ਦੇ ਬੋਰਡ ਲੱਗੇ ਹੋਏ ਆ ਜੀ। ਮੈਨੂੰ ਲੱਗਦਾ ਤੁਹਾਨੂੰ ਭੁਲੇਖਾ ਪੈ ਗਿਆ, ਤੁਸੀਂ ਸ਼ਾਇਦ ਦੇਖਿਆ ਨਹੀਂ ਕਿ ਕਿੰਨੇ ਲੋਕਾਂ ਨੂੰ ਨੌਕਰੀ ਮਿਲ ਚੁੱਕੀ ਪੰਜਾਬ 'ਚ। ਹਾਂਜੀ, ਬਸ ਬੋਰਡਾਂ ਦੇ ਉੱਤੇ ਮਿਲੀ ਆ ਨਾ, ਬੋਰਡਾਂ ਵਾਲਾ ਐਡ ਵਾਲਾ ਮੁੱਖ ਮੰਤਰੀ ਆ ਨਾ, ਇਹ ਮਤਲਬ ਕਦੇ ਸੋਚਿਆ ਹੀ ਨਹੀਂ, ਚਿਤਵਿਆ ਹੀ ਨਹੀਂ ਸੀਗਾ ਯਾਰ ਕਿ ਇਹ ਬੰਦਾ ਜਿਹੜਾ 25-30-40 ਸਾਲ ਤੋਂ ਕਟਾਕਸ਼ ਕਰਦਾ ਆਉਂਦਾ, ਜਿਹੜਾ ਇਸ ਟਿਪੀਕਲ ਪੋਲੀਟਿਕਸ ਨੂੰ ਨਿੰਦਦਾ ਆਉਂਦਾ, ਟਿਪੀਕਲ ਪੋਲੀਟਿਕਸ ਨੂੰ ਨੰਗਾ ਕਰਦਾ ਆ ਰਿਹਾ, ਖੁਦ ਉਹ ਟਿਪੀਕਲ ਪੋਲੀਟਿਕਸ ਦਾ ਸ਼ਿਕਾਰ ਹੋ ਜੂਗਾ, ਉਹਦੇ ਵਿੱਚ ਹੀ ਵੜ ਜੂਗਾ। ਕਿਉਂਕਿ ਇਹ ਤਾਂ ਇਹਨੂੰ ਤਾਂ ਪਤਾ ਸੀ ਨਾ ਕਿ ਸਿਆਸਤਦਾਨ ਆਹ ਕਰ ਰਿਹਾ, ਲੰਬੇ ਸਮੇਂ ਤੋਂ ਮੈਂ ਨਵਾਂ ਕੰਮ ਕਰਾਂ, ਪਰ ਗੱਲਾਂ ਦੇ ਵਿੱਚ ਨਵਾਂ ਜ਼ਰੂਰ ਨਵਾਂਪਣ ਆ ਗਿਆ, ਗੱਲਾਂ ਦੇ ਵਿੱਚ ਨਵਾਂਪਣ ਦਿਖਾਤਾ ਹੈ। ਬਹੁਤ ਸਾਰੇ ਦੇ ਚੰਗਾ ਕਮੇਡੀਅਨ ਸੀ, ਇਹ ਅਸੀਂ ਮੰਨਦੇ ਹਾਂ ਕਿ ਏ ਕਲਾਸ ਕਮੇਡੀਅਨ ਸੀ, ਇਹਨੂੰ ਨਹੀਂ ਸੀ ਕਮੇਡੀ ਵਾਲਾ ਕੰਮ ਛੱਡਣਾ ਚਾਹੀਦਾ। ਜੇ ਹੁਣ ਤੁਸੀਂ ਕੱਲ੍ਹ ਵੀ ਦੇਖਿਆ ਪਰਸੋਂ, ਸ਼ਰਾਬ ਪੀ ਕੇ ਯਾਰ ਤੂੰ ਸਟੇਜ ਦੇ ਉੱਤੇ ਛੱਲੇ ਗਾਈ ਜਾਂਦਾ, ਤੇਰੇ ਮੁੱਖ ਮੰਤਰੀ ਦਾ ਕੰਮ ਗੀਤ ਗਾਉਣਾ ਥੋੜ੍ਹੀ ਆ। ਸ਼ਰਾਬ ਪੀਤੀ ਸੀ ਜੀ? ਸੁਣ, ਤੂੰ ਤੁਹਾਨੂੰ ਸੁਣ ਕੇ ਪਤਾ, ਜਿਹੜਾ ਬੰਦਾ ਪਿੰਡਾਂ ਦੇ ਵਿੱਚ ਰਹਿੰਦਾ, ਸਾਡਾ ਪਿੰਡਾਂ ਵਾਲਿਆਂ ਨਾਲ ਵਾਹ ਏ, ਸਾਨੂੰ ਪਿੰਡਾਂ ਵਾਲਿਆਂ ਦਾ ਪਤਾ ਹੁੰਦਾ ਸ਼ਰਾਬ ਪੀ ਕੇ ਕਿਵੇਂ ਬੋਲਦੇ ਆ, ਉਹਦੀ ਗਰਾਰੀ ਕਿਵੇਂ ਫਸਦੀ ਆ। ਤੁਸੀਂ ਵੀਡੀਓ ਦੇਖੋ, ਮੈਂ ਤਾਂ ਕੱਲ੍ਹ ਦੇਖੀ ਆ, ਉਦੋਂ ਦੀ ਮੈਂ ਵੀਡੀਓ ਨਹੀਂ ਦੇਖੀ ਸੀਦੀ, ਕਿਉਂਕਿ ਮੈਂ ਇਹਦੇ ਭਾਸ਼ਣ ਸੁਣਦਾ ਹੀ ਨਹੀਂ, ਹਾਲਾਂਕਿ ਮੇਰਾ ਪੁਰਾਣਾ ਮਿੱਤਰ ਆ, ਪਰ ਮੈਂ ਤਾਂ ਭਾਸ਼ਣ ਹੀ ਨਹੀਂ ਸੁਣਦਾ। ਉਹ ਕਹਿੰਦੇ ਉਹਨਾਂ ਨੇ ਤਾਂ ਰਾਜਪਾਲ ਸਾਹਿਬ ਦੇ ਅੱਗੇ ਪੈਰੀ ਹੱਥ ਲਾਏ, ਸ਼ਿਸ਼ਟਾਚਾਰ ਦਿਖਾਇਆ, ਵੱਡਾ ਦਿਲ ਦਿਖਾਇਆ, ਵੀ ਜਿਹਨਾਂ ਨਾਲ ਲਵ ਲੈਟਰ ਵਰਗੀਆਂ ਸ਼ਬਦ ਵਰਤੇ ਸੀ, ਵੀ ਸਾਡੇ ਚੱਲ ਰਹੀਆਂ ਲੜਾਈਆਂ ਚੱਲ ਰਹੀਆਂ, ਸ਼ਬਦੀ ਬਾਣ ਚੱਲ ਰਹੇ ਆ, ਉਹ ਤਾਂ ਪੈਰੀ ਹੱਥ ਲਾਏ ਜੀ ਉਤਰ ਕੇ ਉਹਨਾਂ ਨੇ ਸਟੇਜ ਤੋਂ। ਉਹ ਭਰਾਵਾ ਆਪਦੀ ਮਾਂ ਦੀ ਸਹੁੰ ਖਾਧੀ ਸੀ, ਮਾਂ ਦਾ ਸਤਿਕਾਰ ਕਰ ਲਾ, ਲੋਕਾਂ ਦੇ ਪੈਰੀ ਹੱਥ ਲਾਉਣ ਦੀ ਲੋੜ ਹੀ ਨਹੀਂ ਯਾਰ। ਆਪਣੀਆਂ ਮਾਵਾਂ ਸਾਂਭ ਲਓ, ਆਪਣੇ ਬਾਪ ਨਹੀਂ ਤੁਸੀਂ ਸਾਂਭੇ, ਆਪਣੀ ਮਾਂ ਦੇ ਪੈਰੀ ਹੱਥ ਲਾਏ, ਆਪਣੇ ਬੱਚਿਆਂ ਦੀ ਮਾਂ ਨਹੀਂ ਸਾਂਭੀ ਯਾਰ, ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ ਹੋ? ਕਿਹਦੇ ਪੈਰੀਂ ਹੱਥ ਲਾਈ ਜਾਂਦੇ ਹੋ? ਕੱਲ੍ਹ ਤਾਂ ਤੁਸੀਂ ਉਹਨੂੰ ਨਿੰਦਦੇ ਸੀ, ਅੱਜ ਪੈਰੀਂ ਡਿੱਗਣ ਲੱਗੇ ਮਿੰਟ ਲਾਇਆ, ਕਿਉਂਕਿ ਆਦਤ ਪੈ ਗਈ ਹੈ ਨਾ। ਇਹ ਸਿਆਸਤ ਦਾ ਇੱਕ ਸਿਸਟਮ ਬਣ ਗਿਆ ਕਿ ਜਿਹੜਾ ਜਿੰਨਾ ਪੈਰੀਆਂ ਹੱਥ ਲਾਊਗਾ, ਜਿੰਨੀ ਜ਼ਿਆਦਾ ਚਾਪਲੂਸੀ ਕਰੂਗਾ, ਉਨਾ ਜ਼ਿਆਦਾ ਉਹਨੂੰ ਉੱਚਾ ਉਹਦਾ ਰੁਤਬਾ ਮਿਲੂਗਾ। ਪੈਰੀਆਂ ਹੱਥਾਂ ਨੇ ਕੇਜਰੀਵਾਲ ਦੇ ਵੀ ਲਾਏ ਸੀ, ਗੱਲ ਤਾਂ ਗੁਰੂ ਦੀ ਆ। ਮੈਂ ਕਹਿੰਦਾ ਇਹਦੇ ਕੋਲ ਮੌਕਾ ਹੈ, ਇਹਦੇ 'ਤੇ ਇਲਜ਼ਾਮ ਲੱਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਬਹਿਬਲ ਕਲਾਂ ਭੋਗ 'ਤੇ ਦੋ ਸ਼ਹੀਦ ਹੋਏ ਨੌਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ ਸਰਾਵਾਂ, ਉਹਨਾਂ ਦੇ ਭੋਗ 'ਤੇ ਗਿਆ ਸੀ। ਇਹਨੂੰ ਨਿੰਗਾ ਸਿੰਘਾਂ ਨੇ ਫੜਿਆ ਵੀ ਤੇਰੀ ਦਾਰੂ ਪੀਤੀ ਆ, ਇਹ ਕਹਿੰਦਾ ਸੀ ਮੈਂ ਪੀਤੀ ਨਹੀਂ। ਅੱਜ ਤੱਕ ਇਹਦੇ ਸਮਰਥਕ ਕਹਿੰਦੇ ਪੀਤੀ ਨਹੀਂ, ਚੱਲ ਹੁਣ ਮੌਕਾ ਤੇਰੇ ਕੋਲ, ਜੇ ਤੂੰ ਸੱਚੀ ਦਾਰੂ ਨਹੀਂ ਸੀ ਪੀਤੀ, ਤੂੰ ਸੱਚਾ ਸਿੱਖ ਆ ਗੁਰੂ ਦਾ, ਤੇਰੇ ਕੋਲ ਪਾਵਰ ਆ ਯਾਰ, ਦੇ ਇਨਸਾਫ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ, ਬੰਦੀ ਸਿੰਘਾਂ ਦੀ ਰਿਹਾਈ ਤੇ ਫੈਲ ਤੇ ਕਰਦੇ ਸਹਿਣ ਯਾਰ, ਇੱਕ ਕਦਮ ਤਾਂ ਪੱਟ, 2 ਸਾਲ ਹੋਣ ਵਾਲੇ, ਤੂੰ ਇੱਕ ਕੰਮ ਦਾ ਗਣਾ ਸਿਵਾਏ ਵੋਟਾਂ ਤੋਂ, ਸਿਵਾਏ ਐਡ ਤੋਂ, ਸਿਵਾਏ ਸਾਡੀ ਪੰਜਾਬ ਦੀ ਜਵਾਨੀ ਦਾ ਨਾਸ਼ ਕਰਨ ਤੋਂ, ਧੱਕਾ ਕਰਨ ਤੋਂ, ਕੀ ਕੀਤਾ ਇੱਕ ਕੰਮ ਤਾਂ ਗਣਾਵੇ? ਆ ਸੁਖਪਾਲ ਸਿੰਘ ਖਹਿਰਾ ਦਾ ਕੀ ਕਸੂਰ ਸੀਗਾ? ਜੇਲ੍ਹ ਕੱਟ ਗਿਆ। ਨਵਜੋਤ ਸਿੰਘ ਸਿੱਧੂ 323 ਦੇ ਮੁਕੱਦਮੇ 'ਚ ਸਾਲ ਲਾਇਆ, ਕੀ ਕਸੂਰ ਸੀ ਇਹਨਾਂ ਲੋਕਾਂ ਦਾ? ਹੁਣ ਇਹ ਦੱਸੋ, ਅੰਦਰ ਬੈਠੇ ਤਾਂ ਚੋਰੀ ਦਾ ਪਰਚਾ ਦਰਜ ਕਰਦਾ, ਅੰਦਰ ਬੈਠੇ ਨੇ ਕਿਹਦੀ ਚੈਨ ਲਾ ਲਈ ਭਾਨੇ ਨੇ ਬਈ?
ਉਹ ਕਹਿੰਦੇ ਲੋਕਾਂ ਨੇ ਦਰਜ ਕਰਾਏ ਪਰਚੇ, ਪੁਲਿਸ ਨੇ ਤਾਂ ਭਾਈ ਆਪਣਾ ਕੰਮ ਫਿਰ ਕਰਨਾ ਹੀ ਆ। ਜਦੋਂ ਕੋਈ ਕਿਸੇ 'ਤੇ ਪਰਚਾ ਦਰਜ ਕਰਾਊਗਾ ਜੇ ਪੁਲਿਸ ਨਹੀਂ ਕੰਮ ਕਰਦੀ, ਤੁਸੀਂ ਫਿਰ ਕਹਿਣਾ ਭਾਈ ਪੁਲਿਸ ਕੰਮ ਨਹੀਂ ਕਰਦੀ। ਅਤੇ ਆਹ ਝੋਟਾ ਰੋਜ਼ ਰੌਲਾ ਪਾਉਂਦਾ ਹੈ, ਜਾ ਜਾ ਵੀਡੀਓ ਬਣਾਉਂਦਾ ਹੈ ਬਾਰਾਂ ਦੇ ਵਿੱਚ ਜਾ ਕੇ, ਜਿਹੜੇ ਚਿੱਟੇ ਵੇਚਦੇ ਆ ਉਹਨਾਂ ਨੇ ਛਿੱਤਰੋ ਛਿੱਤਰੀ ਹੁੰਦਾ, ਆਪਦੀ ਪੱਗ ਵੀ ਲਵਾਈ ਵਿਚਾਰੇ ਨੇ, ਅਤੇ ਉਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਹੁੰਦੇ? ਉਹ ਕਹਿੰਦਾ ਰੋਜ਼ ਪੁਲਿਸ ਨੂੰ ਦੱਸਦਾ ਮੈਂ। ਨਸ਼ੇ ਵਾਲਿਆਂ ਦੇ ਕਿਉਂ ਨਹੀਂ ਨਸ਼ੇ 'ਚੋਂ ਹਿੱਸਾ ਮਿਲਦਾ? ਯਾਰ ਤੁਸੀਂ ਇੱਕ ਪਾਸੇ ਤੁਸੀਂ ਇਹ ਗੱਲ ਕਹਿੰਦੇ ਹੋ, ਚਲੋ ਹੁਣ ਤੁਸੀਂ ਇਹ ਕਹਿੰਦੇ ਵੀ ਲੋਕਾਂ ਨੇ ਕਰਾਏ ਨੇ। ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ, ਪਹਿਲੀ ਵਿਧਾਨ ਸਭਾ 'ਚ, ਕਿ ਰਾਜੇ ਵੜਿੰਗ ਨੇ ਬਾਡੀਆਂ 'ਚੋਂ 8 ਲੱਖ ਰੁਪਈਆ ਖਾਧਾ ਬਸਤੀਆਂ 'ਚ। ਸੁਣੀ ਆ ਨਾ ਤੁਸੀਂ ਗੱਲ, ਇਹ ਤੂੰ ਆਪਦੇ ਮੂੰਹੋਂ ਇਹ ਗੱਲ ਕਹੀ ਆ ਕਿ ਰਾਜਾ ਵੜਿੰਗ ਚੋਰ ਆ, ਅਤੇ ਹੁਣ ਰਾਜੇ ਵੜਿੰਗ ਨੂੰ ਛੱਡਿਆ ਕਿਉਂ ਹੋਇਆ 2 ਸਾਲ ਦਾ? ਇਹਦਾ ਮਤਲਬ ਤੂੰ ਬਚਾ ਰਿਹਾ, ਬਚਾਉਣ ਵਾਲਾ ਕੌਣ ਹੁੰਦਾ? ਸਾਥ ਚੋਰ ਦਾ ਸਾਥ ਦੇਣ ਵਾਲਾ ਕੌਣ ਹੁੰਦਾ? ਤੁਹਾਨੂੰ ਕੀ ਲੱਗਦਾ ਫਿਰ ਕਿਉਂ ਛੱਡਿਆ? ਉਹ ਬੋਲਦਾ ਨਹੀਂ ਉਹਦੇ ਖਿਲਾਫ ਤਾਂ ਛੱਡਿਆ, ਹੁਣ ਐਵੇਂ ਤਾਂ ਨਹੀਂ ਕਹਿੰਦਾ ਵਿਰੋਧੀ ਧਿਰ ਖਤਮ ਹੋ ਗਈ? ਵਿਰੋਧੀ ਧਿਰ ਖਤਮ ਹੋਣ ਦਾ ਰਾਗ ਐਵੇਂ ਤਾਂ ਨਹੀਂ ਲਾਪ ਰਿਹਾ ਭਗਵੰਤ ਮਾਨ, ਇਸੇ ਕਰਕੇ ਲਾਪ ਰਿਹਾ ਨਾ ਵੀ ਜਿਹੜੇ ਵਿਰੋਧੀ ਧਿਰ ਦੇ ਵਿੱਚ ਬੋਲਣ ਵਾਲੇ ਆ ਉਹਨਾਂ ਨੂੰ ਤਾਂ ਮੈਂ ਦਬਾ ਲਿਆ, ਡਰਾ ਲਿਆ, ਕੁਛ ਡਰ ਗਏ, ਕੁਛ ਵਿਚਾਰੇ ਜੇਲ੍ਹਾਂ ਕੱਟਿਆ, ਸਿੱਧੂ ਤਾਂ ਖੈਰਾ ਜੇਲ੍ਹ ਕੱਟਿਆ, ਆ ਭਾਨਾ ਬੋਲਦਾ ਸੀ ਜੇਲ੍ਹ ਚਲਾ ਗਿਆ, ਕੋਈ ਹੋਰ ਬੋਲੂ ਉਹ ਜੇਲ੍ਹ ਉੱਠ ਜੂਗਾ। ਲੋਕਾਂ ਨੇ ਫਿਰ ਵੋਟਾਂ ਪੰਜਾਬ ਦੇ ਪੁੱਤ ਨੂੰ ਨਹੀਂ ਪਾਈਆਂ? ਯੈਸ, ਇਹੀ ਤਾਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਤੈਨੂੰ ਇਹ ਸ਼ਰਮ ਚਾਹੀਦੀ ਆ ਵੀ ਤੈਨੂੰ ਵੋਟਾਂ ਪਾਈਆਂ ਲੋਕਾਂ ਨੇ। ਪਿਛਲੀ ਵਾਰ 2017 'ਚ ਇਹਦੇ ਨਾਲੋਂ ਜ਼ਿਆਦਾ ਲਹਿਰ ਸੀ ਆਮ ਆਦਮੀ ਦੀ, ਕਿਉਂਕਿ ਉਦੋਂ ਉਮੀਦਵਾਰ ਐਲਾਨ ਨਹੀਂ ਸੀ ਕੀਤਾ ਪੰਜਾਬ ਦਾ ਮੁੱਖ ਮੰਤਰੀ, ਅਤੇ ਸਰਕਾਰ ਨਹੀਂ ਬਣਾ ਸਕੇ ਝਾੜੂ ਵਾਲੇ, ਦੂਜੇ ਨੰਬਰ 'ਤੇ ਆਏ ਵਿਰੋਧੀ ਧਿਰ 'ਚ ਬਹਿ ਗਏ। ਐਤਕੀ ਕਿਉਂ ਸਰਕਾਰ ਬਣ ਗਈ? ਜਿੱਦੇ ਭਗਵੰਤ ਮਾਨ ਨੂੰ ਅਨਾਊਂਸ ਕੀਤਾ ਉੱਥੇ ਸਰਕਾਰ ਬਣੀ ਹੈ। ਯਾਰ ਤੈਨੂੰ ਇਹੀ ਸ਼ਰਮ ਚਾਹੀਦੀ ਹੈ ਕਿ ਪੰਜਾਬ ਨੇ ਤੈਨੂੰ ਮਾਣ ਦਿੱਤਾ ਹੈ, ਕੇਜਰੀਵਾਲ ਨੂੰ ਥੋੜ੍ਹੀ ਦਿੱਤਾ ਹੈ, ਤੂੰ ਬਿਠਾਉਂਦਾ ਕੇਜਰੀਵਾਲ ਨੂੰ ਰੋਡਵੇਜ਼ ਦੀ ਬੱਸ ਆਪਦੇ ਜਹਾਜ਼ ਨੂੰ ਉੱਤੇ ਲਿਜਾਣਾ, ਕਿਤੇ ਇੱਧਰ ਕਿਤੇ ਉੱਧਰ ਕੀ ਪੱਲੇ ਪਿਆ? 5 ਰਾਜਾਂ 'ਚ ਚੋਣਾਂ ਹੋਈਆਂ, ਜਮਾਨਤਾਂ ਜ਼ਬਤ ਸਾਰਿਆਂ ਦੀਆਂ ਹੋਈਆਂ ਝਾੜੂ ਵਾਲਿਆਂ ਦੀਆਂ, ਪੱਲੇ ਕੀ ਪਿਆ? ਤੇਲ ਦਾ ਖਰਚਾ, ਜਹਾਜ਼ ਦਾ ਖਰਚਾ, ਜਿਹੜਾ ਪੰਜਾਬ ਲਈ એનર્ਜੀ ਸੀ, ਪੰਜਾਬ ਲਈ ਸੋਚਣਾ ਸੀ, ਪੰਜਾਬ ਲਈ ਕੰਮ ਕਰਨਾ ਸੀ, ਉਹ ਤੂੰ ਦੂਜੇ ਸੂਬਿਆਂ ਲਈ ਕਰਿਆ। ਥੋੜ੍ਹੀ ਬਹੁਤ ਤਾਂ ਮਾੜੀ ਮੋਟੀ ਤਾਂ ਅਕਲ ਨੂੰ ਹੱਥ ਮਾਰ ਲਾ ਕਿ ਸਾਰੀ ਜ਼ਿੰਦਗੀ ਸ਼ਰਾਬ ਪੀ ਕੇ ਕੱਢਣੀ ਆ, ਕਿ ਦਾਰੂ ਸਵੇਰ ਤੋਂ ਟੱਕ ਲੈਣਾ। ਲੋਕਾਂ ਦੀ ਵੀ ਸੋਚ ਲਾ, ਪੰਜਾਬ ਲਈ ਵੀ ਸੋਚ ਲਾ, ਪੰਜਾਬ ਨੇ ਮਾਣ ਦਿੱਤਾ ਹੈ। ਮੈਂ ਪਹਿਲਾਂ ਉਦਾਹਰਣ ਦਿੱਤੀ ਆ ਮੱਸੇ ਰੰਗੜ ਵਰਗੇ ਅਬਦਾਲੀ ਹੁਣਾਂ ਦੀ, ਸਭ ਭਜਾਏ ਆ, ਅਬਦਾਲੀ ਨਿੱਕਰ 'ਚ ਭੱਜ ਕੇ ਗਿਆ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦੇ ਸਰੀਰ 'ਤੇ ਕੱਪੜਾ ਨਹੀਂ ਸੀ ਕੋਈ, ਘੋੜੇ 'ਤੇ ਬਹਿ ਕੇ ਨਹੀਂ ਸੀਗਾ ਜਦੋਂ ਸਿੰਘਾਂ ਨੇ ਭਜਾਇਆ ਸੀ, ਅਤੇ ਸਿੰਘਾਂ ਹਾਲ ਕਰਦੇ ਆ। ਇਹ ਗੱਲ ਸੋਚ ਲੈਣੀ ਚਾਹੀਦੀ ਹੈ, ਪਿੱਛੇ ਪਿਛੋਕੜ 'ਤੇ ਝਾਤ ਮਾਰ ਲੈਣੀ ਚਾਹੀਦੀ ਹੈ। ਪੰਜਾਬ ਨਾਲ ਦਗੇਬਾਜ਼ੀ ਕਰਨ ਵਾਲਿਆਂ ਦੀ ਲਿਸਟ ਬਹੁਤ ਲੰਬੀ ਆ, ਅਤੇ ਪੰਜਾਬ ਨਾਲ ਖੜਨ ਵਾਲਿਆਂ ਦੀ ਵੀ ਲਿਸਟ ਬਹੁਤ ਲੰਬੀ। ਲੋਕ ਆਪਣੇ ਬਾਰੇ ਸੋਚਦੇ ਆ, ਹੁਣ ਵੀ ਬਹੁਤ ਸਾਰੇ ਲੋਕ ਕਮੈਂਟਾਂ ਦੇ ਵਿੱਚ ਭਾਨਾ ਸਿੱਧੂ ਦੇ ਖਿਲਾਫ਼ ਵੀ ਲਿਖ ਰਹੇ ਆ, ਅਤੇ ਭਗਵੰਤ ਮਾਨ ਦੇ ਹੱਕ 'ਚ ਵੀ ਲਿਖ ਰਹੇ ਆ, ਫਿਰ ਉਹ ਲੋਕ ਕੌਣ ਆ ਜੇ ਇੱਥੇ ਵੱਡਾ ਕੱਟ ਆ, ਉੱਧਰ ਵੀ ਤਾਂ ਕੱਟ ਬਾਈ ਵੱਡੇ ਆ। ਭਗਤਾਂ ਦੀ ਕਮੀ ਥੋੜ੍ਹੀ ਆ ਕੋਈ, ਭਗਤਾਂ ਦੀ ਘਾਟ ਥੋੜ੍ਹੀ ਆ ਕੋਈ, ਬੀਜੇਪੀ ਦੇ ਭਗਤ ਹੈਗੇ ਆ, ਕਾਂਗਰਸ ਦੇ ਭਗਤ ਹੈਗੇ ਆ, ਅਕਾਲੀ ਦਲ ਦੇ ਵੀ ਹੈਗੇ ਆ, ਝਾੜੂ ਦੇ ਵੀ ਹੈਗੇ ਆ। ਭਗਤ ਮਾੜੇ ਹੁੰਦੇ ਆ? ਨਹੀਂ, ਭਗਤ ਰੱਬ ਦੇ ਭਗਤ ਹੋਣਾ ਚੰਗਾ ਹੁੰਦਾ ਹੈ, ਰੱਬ ਦੀ ਬੰਦਗੀ ਭਗਤੀ ਕਰਨੀ ਚੰਗੀ ਹੈ, ਕਿਸੇ ਬੰਦੇ ਦੀ ਭਗਤੀ ਕਰਨੀ ਹੈ ਤਾਂ ਜਮੀ ਨਿਹਾਇਤ ਹੀ ਅੱਖਾਂ ਬੰਦ ਕਰਕੇ। ਮਤਲਬ ਆਮ ਲੋਕ, ਮੈਂ ਉਹ ਸ਼ਬਦ ਵਰਤਦਾ ਨਹੀਂ, ਆਮ ਲੋਕ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਨਾ, ਨੌਜਵਾਨ ਆ, ਉਹ ਇਹਨਾਂ ਨੂੰ ਇਹ ਭੇਡਾਂ ਸ਼ਬਦ ਵਰਤਦੇ, ਮੈਂ ਨਹੀਂ ਵਰਤਦਾ, ਕਿਉਂਕਿ ਮੈਂ ਕਹਿੰਦਾ ਯਾਰ ਇਹ ਆਪਣੇ ਭੈਣ ਭਾਈ ਆ, ਆਪਾਂ ਇਹਨਾਂ ਨੂੰ ਭੇਡਾਂ ਕਿਉਂ ਕਹੀ ਨਾ ਯਾਰ, ਕਿਉਂ ਕਹਿਣਾ ਮਾੜਾ ਲਫ਼ਜ਼ ਕਿਉਂ ਵਰਤਣਾ? ਆਪਣੇ ਭੈਣ ਭਾਈ ਆ, ਭਗਤ ਸ਼ਬਦ ਵਰਤ ਸਕਦੇ ਅੱਖਾਂ ਬੰਦ ਕਰਕੇ। ਮੈਂ ਰੱਬ ਦਾ ਭਗਤ ਅੱਖਾਂ ਬੰਦ ਕਰਕੇ ਰੱਬ 'ਤੇ ਭਰੋਸਾ ਕਰ ਸਕਦਾ, ਪਰਮਾਤਮਾ ਦੁਨੀਆ ਦਾ ਮਾਲਕ ਆ, ਮੈਨੂੰ ਕਰਨਾ ਚਾਹੀਦਾ, ਕਿਉਂਕਿ ਦੇਖੋ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਭਗਤਾਂ ਨੂੰ ਰੱਬ ਤੋਂ ਉੱਤੇ ਦਰਜਾ ਦਿੱਤਾ ਹੋਇਆ, ਸਭ ਕੋ ਤੇਰੇ ਵੱਸ ਅਗਮ ਅਗੋਚਰਾ, ਮਤਲਬ ਸਾਰਾ ਕੁਝ ਤੇਰੇ ਵੱਸ ਅਗਮ ਅਗੋਚਰ ਨੂੰ ਪਰਮਾਤਮਾ ਨੂੰ ਕਿਹਾ ਵੀ ਸਾਰਾ ਕੁਝ ਤੇਰੇ ਵੱਸ, ਸਭ ਕੋ ਤੇਰੇ ਵੱਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵੱਸ ਭਗਤਾਂ ਤਾਣ ਤੇਰਾ, ਭਗਤੀ ਦੀ ਭਗਤੀ ਦਾ ਦਰਜਾ ਕਿਹੜੀ ਭਗਤੀ ਦਾ? ਪਰਮਾਤਮਾ ਦੀ ਦਾ। ਉਹਦੇ 'ਚ ਕਹਿੰਦੇ ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੇ ਭਗਤ ਨਾਲ ਛੁੱਟੇ ਮੋਹੇ, ਮਤਲਬ ਭਗਤ ਦਾ ਰੁਤਬਾ ਇੰਨਾ ਉੱਚਾ। ਕਿਹੜੇ ਭਗਤ ਦਾ? ਜਿਹੜਾ ਗੁਰੂ ਦੀ ਭਗਤੀ ਕਰਦਾ, ਪਰਮਾਤਮਾ ਦੀ ਕਰਦਾ, ਜਿਹੜਾ ਬੰਦਿਆਂ ਦੀ ਭਗਤੀ ਕਰਦਾ ਅੱਖਾਂ ਬੰਦ ਕਰਕੇ, ਉਹ ਤਾਂ ਜਮੇ ਕਰਕੇ ਆਇਆ ਬੰਦਾ ਯਾਰ। ਤੁਹਾਡੀ ਆਪਦੀ ਵੀ ਸੋਚ ਹੁੰਦੀ ਆ ਕੋਈ, ਅੱਖਾਂ ਬੰਦ ਕਰਕੇ ਤੁਹਾਨੂੰ ਦਿਸਦਾ ਨਹੀਂ ਪੰਜਾਬ 'ਚ ਕੀ ਹੋ ਰਿਹਾ? ਦਿਸ ਨਹੀਂ ਰਿਹਾ? ਕਤਲੇਆਮ ਹੋ ਰਹੀ ਆ, ਲੁੱਟਾਂ ਖੋਹਾਂ ਹੋ ਰਹੀਆਂ, ਚੌਂਕਾਂ ਦੇ ਵਿੱਚ ਸ਼ਰੇਆਮ ਲੁਟੇਰੇ ਖੜ੍ਹੇ ਆ, ਚਿੱਟਾ ਪੀਣ ਵਾਲੇ ਸ਼ਰੇਆਮ ਖੜ੍ਹੇ ਆ, ਮਾਵਾਂ ਭੈਣਾਂ ਨੂੰ ਗਲਾਂ ਦੇ ਵਿੱਚ ਚੈਨੀਆਂ ਲਏ, ਕੀ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ? ਜਿਹੜੇ ਹੁਣ ਨੌਜਵਾਨ ਉੱਠੇ ਤੁਰੇ ਆ, ਇਹ ਸਹੀ ਦਿਸ਼ਾ 'ਚ ਵੱਧ ਰਹੇ, ਤੁਹਾਨੂੰ ਕੀ ਲੱਗਦਾ? ਠੀਕ ਹੈ ਇਹ ਰਾਹ, ਇਸ ਰਸਤੇ 'ਤੇ ਕੀ ਤੁਹਾਨੂੰ ਲੱਗਦਾ ਵੀ
ਜੋ ਸੁਪਨੇ ਹੈਗੇ ਆ ਪੰਜਾਬ ਦੇ ਜਾਂ ਸਹੀ ਪੰਜਾਬ ਇੱਕ ਸਿਰਜਿਆ ਜਾ ਸਕਦਾ, ਚੰਗਾ ਪੰਜਾਬ ਸਿਰਜਿਆ? ਦੇਖੋ, ਪੰਜਾਬ ਦੀ ਜਵਾਨੀ, ਪੰਜਾਬ ਦਾ ਇਤਿਹਾਸ ਜੂਝ ਕੇ ਮਰਨ ਵਾਲਿਆਂ ਨੂੰ ਕਬੂਲ ਕਰਦਾ ਹੈ। ਜਿਹੜਾ ਮੈਦਾਨੇ ਜੰਗ 'ਚ ਜੂਝ ਕੇ ਸ਼ਹੀਦ ਹੁੰਦਾ ਹੈ, ਜੂਝਣ ਵਾਲਿਆਂ ਦਾ ਮੈਦਾਨ ਆ, ਇਹ ਜੂਝਣ ਵਾਲਿਆਂ ਦਾ ਕਾਫਲਾ ਹੈ। ਇਹ ਇਸ ਤਰ੍ਹਾਂ ਇਹ ਜਿਹੜੀ ਮਰਿਆਦਾ ਅੱਜ ਬਣੀ ਹੋਈ ਹੈ ਨਾ, ਜਿਵੇਂ ਅੱਜ ਆਪ ਮੁਹਾਰੇ ਲੋਕ ਉੱਠ ਕੇ ਖੜ੍ਹੇ ਹੋਏ ਜ਼ੁਲਮ ਦੇ ਖਿਲਾਫ਼, ਇਹ ਸਾਡੇ ਗੁਰੂਆਂ ਦਾ ਦਿੱਤਾ ਹੋਇਆ ਸੁਨੇਹਾ ਹੈ। ਤਾਂ ਇਸ ਤਰ੍ਹਾਂ ਜੂਝਣਾ ਹੀ ਪੈਣਾ ਹੈ, ਜੂਝ ਕੇ ਹੀ ਲੜਨਾ ਪੈਣਾ, ਆਪਦੇ ਪੁੱਤ ਭਤੀਜੇ ਹੀ ਚੁਣਨੇ ਪੈਣੇ ਆ, ਆਪਦੇ ਭਰਾਵਾਂ ਨੂੰ ਖੜ੍ਹੇ ਕਰਕੇ ਚੋਣਾਂ 'ਚ ਦੌੜਨਾ ਪੈਣਾ। ਮੈਂ ਗੱਲ ਕਰਦਾ, ਆ ਸਾਡਾ ਨੌਜਵਾਨ ਅਵਤਾਰ ਸਿੰਘ ਖੰਡਾ ਸੀ, ਬਾਹਰ ਹਕੂਮਤ ਨੇ ਜ਼ਹਿਰ ਦੇ ਕੇ ਮਾਰਤਾ ਨਾ, ਉਹਦੀ ਮਾਂ ਨੂੰ ਉਹਦੀ ਭੈਣ ਨੂੰ ਵੀਜ਼ਾ ਨਹੀਂ ਮਿਲਿਆ। ਯਾਰ ਜੇ ਇੱਕ ਵੀ ਤੁਹਾਡਾ MP ਹੁੰਦਾ, ਤੁਹਾਡਾ ਆਪਦਾ ਇੱਕ ਹੁੰਦਾ ਜਿਹੜਾ ਪਾਰਲੀਮੈਂਟ 'ਚ ਬੈਠਾ ਹੁੰਦਾ, ਕੀ ਮਜਾਲ ਸੀ ਇੰਗਲੈਂਡ ਦੀ ਜਾਂ ਕਿਸੇ ਸਾਡੀ ਅੰਬੈਸੀ ਦੀ ਕਿ ਉਹਨਾਂ ਨੂੰ ਵੀਜ਼ਾ ਨਾ ਮਿਲਦਾ? ਗੱਲ ਤਾਂ ਤੁਹਾਡੇ ਕੋਲ ਹੈ ਹੀ ਨਹੀਂ ਜੂਝਣ ਵਾਲਾ। ਮਤਲਬ ਚੰਗਿਆਰੀ ਹੈਗੀ ਆ, ਚੰਗਿਆਰੀ ਬਲਦੀ ਆ ਪੰਜਾਬ ਦੀ ਜਵਾਨੀ 'ਚ, ਉਹਨੂੰ ਭਾਂਬੜ ਬਣਾਉਣ ਵਾਲੇ ਕਾਕੂ ਦੀ ਲੋੜ ਹੈ, ਜਿਹੜਾ ਮੂਹਰੇ ਹੋ ਕੇ ਲੜੇ, ਜਿਹੜਾ ਲੜਨਾ ਜਾਣਦਾ ਹੈ, ਜਿਹੜਾ ਪਿੱਠ ਨਹੀਂ ਵਿਖਾਊਗਾ, ਜਿਹੜਾ ਪੰਜਾਬ ਦਾ ਪੁੱਤ ਹੋ ਕੇ ਲੜੂਗਾ। ਔਰ ਇਹ ਕੋਈ ਗੱਲ, ਇਹ ਸਮੇਂ ਸਮੇਂ 'ਤੇ ਜੇ ਘੈਂਟ ਬੰਦੇ ਆਉਂਦੇ ਆ, ਗਦਾਰ ਵੀ ਬਰਾਬਰ ਆਉਂਦੇ ਆ ਨਾ, ਤਾਂ ਜੇ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਰਾਜ ਕਰ ਗਿਆ 40 ਵਾਰ, ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਹੁਣ ਵੀ ਆਜੂ ਜਿਹਨੂੰ ਗੁਰੂ ਦਾ ਥਾਪੜਾ ਹੋਊਗਾ? ਕੋਈ ਇਹ ਤਾਂ ਜ਼ਰੂਰੀ ਨਹੀਂ ਹੈਗਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਦੇ ਵਰਗਾ ਕੋਈ ਬਣਨਾ ਹੀ ਨਹੀਂ। ਨਾਂ ਜ਼ਰੂਰ ਦਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗਾ, ਪਰ ਉਹਦੇ ਵਰਗਾ ਬਣਨਾ ਬਹੁਤ ਔਖਾ ਹੈ, ਕਿਉਂਕਿ ਉਹਦੇ ਰਾਜ 'ਚ ਕੋਈ ਜੇਲ੍ਹ ਹੀ ਹੈ ਨਹੀਂ ਸੀ। ਉਹਦੇ ਰਾਜ ਦੇ ਵਿੱਚ ਹਿੰਦੂ ਬਹੁ ਗਿਣਤੀ ਸੀ, ਮੁਸਲਮਾਨ ਬਹੁ ਗਿਣਤੀ ਸੀ, ਕਿਸੇ ਨੂੰ ਕੋਈ ਖਤਰਾ ਹੀ ਨਹੀਂ ਸੀ। ਸਿੱਖ ਮਹਾਰਾਜਾ ਸੀ, ਹਿੰਦੂ ਵਜ਼ੀਰ ਸੀ, ਮੁਸਲਮਾਨ ਵਜ਼ੀਰ ਸੀ, ਉਹ ਸੀ ਖਾਲਸੇ ਦਾ ਰਾਜ। ਅਤੇ ਸਾਡੇ ਲੋਕਾਂ ਨੂੰ ਦੱਸਣਾ ਨਹੀਂ ਆ ਰਿਹਾ ਖਾਲਸੇ ਦਾ ਰਾਜ ਕਿਹੜਾ ਸੀਗਾ। ਆਊਗਾ ਬਾਬੇ ਨਾਨਕ ਦੀ ਮਿਹਰ ਨਾਲ ਕੋਈ ਬਾਬੇ ਦਾ ਪੁੱਤ, ਜਿਹੜਾ ਉਹੋ ਜਿਹਾ ਰਾਜ ਦੁਬਾਰਾ ਲੈ ਕੇ ਆਊਗਾ, ਜਿਹੜਾ ਪੰਜਾਬ ਦੀ ਜਵਾਨੀ ਦਾ ਵਾਰਸ ਹੋਊਗਾ। ਸੋ ਬਿਲਕੁਲ, ਇੱਕ ਵੱਡਾ ਇਕੱਠ ਜਿਹੜਾ ਹੈਗਾ ਕੋਟ ਦੂਨੇ ਦੀ ਧਰਤੀ ਦੇ ਉੱਤੇ ਹੋਇਆ, ਜਿੱਥੇ ਬਹੁਤ ਸਾਰੇ ਲੋਕ ਇਸ ਥਾਂ ਦੇ ਉੱਤੇ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਕਮਲਜੀਤ ਸਿੰਘ ਬਰਾੜ ਹੋਰੀ ਵੀ ਇਸ ਥਾਂ ਦੇ ਵਿੱਚ ਸਮਰਥਨ ਦੇਣ ਲਈ ਪਹੁੰਚੇ ਇਸ ਇਕੱਠ ਨੂੰ ਭਾਨੀ ਸਿੱਧੂ ਦੇ ਹੱਕ ਦੇ ਵਿੱਚ। ਸੋ ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ, ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਕੋਟ ਦੂਨਾ।